ਇਹਦੇ ਚ ਵੇਖੋ ਬੜਾ ਅਨਫਾਰਚੂਨੇਟ ਹੈ ਕਿ ਜਿਹੜੇ ਬੋਰਵੈਲ ਜਿਹੜੇ ਲੋਕਾਂ ਨੇ ਇਵੇਂ ਹੀ ਰੱਖੇ ਨੇ ਕਿ ਗਵਰਨਮੈਂਟ ਨੂੰ ਇਹਦੇ ਚ, ਮੈਂ ਤਾਂ ਪਹਿਲਾਂ ਵੀ ਕਿਹਾ ਸੀ ਉਹਦੇ ਚ ਲੋਕਾਂ ਨੇ ਕਮੈਂਟ ਵੀ ਬੜੇ ਗਲਤ ਮਲਤ ਪਾਏ ਨੇ ਕਿ ਜੀ ਬੱਚਾ ਉਹਦੇ ਚ, ਮੈਂ ਇਹ ਕਹੂੰਗਾ ਕਿ ਜਿੰਨੀ ਦੇਰ ਬੋਰਵੈਲ ਜਿਹੜੇ ਬੰਦ ਅਸੀਂ ਨਹੀਂ ਜਿਹੜੇ ਉਵੇਂ ਹੀ ਲੋਕਾਂ ਨੇ ਬਣਾਏ ਨੇ, ਕਈਆਂ ਨੇ ਆਪਣੇ ਘਰਾਂ ਚ ਆਪਣਾ ਹੀ ਪਾਣੀ ਉਹਦੇ ਚ ਹੀ ਪਾ ਦਿੱਤਾ, ਇਹ ਚੀਜ਼ਾਂ ਨੂੰ ਗਵਰਨਮੈਂਟ ਨੂੰ ਇਹਦੇ 'ਤੇ ਕਾਨੂੰਨ ਬਣਾਉਣਾ ਪਏਗਾ। ਦੂਸਰੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਨੇ ਧਿਆਨ ਦਿੱਤਾ, ਜਿਹੜਾ ਐਨ ਡੀ ਆਰ ਐਫ ਬਣਿਆ ਇਹ ਗਵਰਨਮੈਂਟ ਆਫ ਇੰਡੀਆ ਦੀ ਬਣੀ ਆ, ਉੱਥੋਂ ਏਜੰਸੀ ਉਹਨਾਂ ਦੀ ਆ, ਕਿਉਂਕਿ ਹਰ ਸਟੇਟ ਜਿਹੜੀ ਆ ਉਹ ਆਪਣਾ ਆਪਣਾ ਸੈੱਲ ਨਹੀਂ ਬਣਾ ਸਕਦੇ, ਇਹ ਕਦੀ ਕਿਤੇ ਕਿਸੇ ਸਟੇਟ 'ਚ ਕਦੀ ਹੁੰਦਾ, ਹਰਿਆਣਾ 'ਚ ਇੱਕ ਦੋ ਵਾਰੀ ਹੋਇਆ ਸੀ, ਉਹਦੇ ਤੋਂ ਬਾਅਦ ਐਨ ਡੀ ਆਰ ਐਫ ਦੀ ਉਹ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਹੀ ਦੇ ਦਿੱਤਾ ਸੀ ਕਿ ਤੁਸੀਂ ਇਹ ਵੇਖੋ ਕਿ ਤੁਸੀਂ ਬੈਸਟ ਪੋਸੀਬਲ ਕੀ ਕਰ ਸਕਦੇ, ਅਤੇ ਇਹ ਕਿਉਂਕਿ ਸਾਡੇ ਕੋਲ ਸਟੇਟ ਗਵਰਨਮੈਂਟ ਕੋਲ ਇਹ ਚੀਜ਼ਾਂ ਹੈ ਨਹੀਂ ਗੀਆਂ, ਉੱਥੇ ਗਵਰਨਮੈਂਟ ਆਫ ਇੰਡੀਆ ਦਾ ਨਾਲ ਆਰਮੀ ਦੀ ਜੇ ਅਸਿਸਟੈਂਸ ਲੈਣੀ ਸੀ ਤਾਂ ਉਹਨਾਂ ਨੇ ਉਹ ਲਈ ਸਭ ਕੁਝ ਕੀਤੀ, ਪਰ ਇਹ ਜ਼ਰੂਰ ਹੋਈ ਗੱਲ ਕਿ ਡਿਲੇ ਹੋਈ ਆ, ਇਹਦਾ ਜ਼ਰੂਰ ਵੇਖਣਾ ਚਾਹੀਦਾ ਐਨ ਡੀ ਆਰ ਐਫ ਕੋਲੋਂ, ਜੇ ਨਹੀਂ ਸੀ ਆ ਰਹਿੰਦਾ ਉਹਨਾਂ ਨੂੰ ਇਮੀਡੀਏਟਲੀ ਐਡਮਿਨਿਸਟ੍ਰੇਸ਼ਨ ਕਹਿਣਾ ਚਾਹੀਦਾ ਸੀ, ਸਾਡੇ ਕੋਲ ਕੰਟਰੋਲ ਨਹੀਂ ਹੁੰਦਾ ਇਹ, ਕੋਈ ਆਲਟਰਨੇਟਿਵ ਇਹਨੂੰ ਇਮੀਡੀਏਟਲੀ ਕਰ, ਨਹੀਂ ਪ੍ਰਸ਼ਾਸਨ ਨਹੀਂ ਮੈਂ ਕਹਿ ਸਕਦਾ ਉਹਦੇ 'ਚ ਐਨ ਡੀ ਆਰ ਐਫ ਜਿਹੜਾ 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 ਜਿਹੜੇ ਜਿਹੜੇ ਸਪੈਸ਼ਲਾਈਜ਼ ਨੇ, ਕਿਉਂਕਿ ਹੁਣ ਡੀ ਸੀ ਜਾਂ ਮੈਂ ਜਾਂ ਐਸ ਐਸ ਪੀ ਸਾਹਿਬ ਸਾਨੂੰ ਨਹੀਂ ਪਤਾ ਕਿ ਬੋਰ ਨੂੰ ਕਿਵੇਂ ਕੰਟਰੋਲ ਕਰਨਾ ਕਿਵੇਂ ਕਰਨਾ, ਜਿਹੜੇ ਬੰਦਿਆਂ ਨੇ ਅੱਜ ਤੱਕ ਬੋਰਵੈਲ 'ਚੋਂ ਬੱਚੇ ਕੱਢੇ ਨੇ, ਉਸੇ ਉਹੀ ਟੀਮ ਸੇਮ ਟੀਮ ਹਰਿਆਣੇ ਵਾਲੀ ਪੰਜਾਬ 'ਚ ਆਈ ਸੀ। ਇਹਦੇ 'ਚ ਡਿਲੇ ਵੇਖੋ, ਬੱਚਾ ਜਿਸ ਤਰੀਕੇ ਨਾਲ ਡਿੱਗਾ, ਜਿਵੇਂ ਉਹਨਾਂ ਨੇ ਬਾਅਦ 'ਚ ਗੱਲਾਂ ਕੀਤੀਆਂ, ਹੁਣ ਵੇਖੋ ਹੌਲੀ ਹੌਲੀ ਜਿਹੜੀ ਇਨਕੁਆਇਰੀ ਹੋਣੀ ਉਹਦੇ 'ਚ ਸਭ ਕੁਝ ਸਾਹਮਣੇ ਆ ਜਾਣਾ, ਹੁਣ ਤਾਂ ਵੈਸੇ ਹਾਈ ਕੋਰਟ 'ਚ ਚਲਾ ਗਿਆ ਅਤੇ ਸਭ ਜਿਹੜੇ ਸੀ ਉਹਨਾਂ ਦੇ ਜੋ ਵੇਖਦੇ ਕਿਵੇਂ ਇਨਕੁਆਇਰੀ ਕਰਦੇ, ਇਹਦੇ 'ਚ ਜ਼ਰੂਰ ਸਾਰੇ ਲੋਕਾਂ ਦੇ ਸਾਹਮਣੇ ਉਹ ਚੀਜ਼ ਲਿਆਂਦੀ ਜਾਏਗੀ।